ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ। ਅੱਜ ਅਸੀਂ ਕਰ ਰਹੇ ਹਾਂ ਇੰਡੋ ਪਾਕ ਰਿਲੇਸ਼ਨਸ਼ਿਪ ਨੂੰ ਲੈ ਕੇ ਫੋਰਨ ਪਾਲਿਸੀਜ਼ ਹੁਣ ਕੀ ਕੁਝ ਵੇਖਣ ਨੂੰ ਮਿਲਣਗੀਆਂ ਇੰਡੀਆ ਦੇ ਵੱਲੋਂ, ਔਰ ਕਿਉਂਕਿ 18 ਅਗਸਤ ਨੂੰ ਓਥ ਸੈਰੇਮਨੀ ਹੈਗੀ ਹੈ। ਇਮਰਾਨ ਖਾਨ ਜੋ ਕਿ ਪ੍ਰੋਫੈਸ਼ਨਲ ਕ੍ਰਿਕਟਰ ਸੀਗੇ, ਹੁਣ ਉਹ ਆਪਣੀ ਸਿਆਸੀ ਪਾਰੀ ਪ੍ਰਧਾਨ ਮੰਤਰੀ ਵਜੋਂ ਸ਼ੁਰੂ ਕਰਨ ਜਾ ਰਹੇ ਹਨ। ਇਸ ਮੁਤਲਕ ਮੈਂ ਤੁਹਾਡੇ ਵਿਚਾਰ ਜਾਣ ਰਿਹਾ। ਕਾਫੀ ਸਾਰੀ ਕਾਲ ਸਾਨੂੰ ਆ ਰਹੀਆਂ ਹਨ, ਜੇਕਰ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ ਔਰ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਗੁਰਜਾਰ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਜੋ ਸਿੰਘ ਦਾ ਬੋਲ ਰਿਹਾ ਉਸ ਬਾਰੇ ਬੋਲਣਾ ਸੀ ਜੀ। ਜੀ ਜੀ, ਉਹ ਵੇਖੋ ਜੀ, ਉਹਦਾ ਪੁਰਾਣਾ ਦੋਸਤ ਆ ਜੀ, ਅੱਜ ਤਾਂ ਨਹੀਂ ਜੀ, ਪੁਰਾਣੇ ਦੋਸਤਾਂ ਕਰਕੇ ਕੋਈ ਵੀ ਤੁਹਾਡਾ ਦੋਸਤ ਹੋਵੇ, ਤੁਸੀਂ ਉਹਦਾ ਕੋਈ ਆਪਦਾ ਮੈਰਿਜ ਹੋਵੇ ਜਾਂ ਕੋਈ ਬਰਥਡੇ ਬਣਾਉਣਾ ਹੋਵੇ ਤਾਂ ਕਿਉਂ ਨਹੀਂ ਜਾ ਸਕਦਾ ਆਦਮੀ? ਪਰ ਸਰਕਾਰ ਨੂੰ ਚਾਹੀਦਾ ਵੀਜ਼ਾ ਦੇਣਾ, ਪਰ ਸਰਕਾਰ ਉਹ ਜਿਹੜੀ ਆ ਜਨਤਾ ਪਾਰਟੀ ਛੱਡ ਕੇ ਕਾਂਗਰਸ ਵਿੱਚ ਰਲਿਆ ਹੋਇਆ, ਉਹਨੂੰ ਵੀਜ਼ਾ ਨਹੀਂ ਦੇਣਾ ਇਹਨਾਂ ਨੇ ਚਾਹੁਣਾ ਜੀ 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 ਜੀ। ਹਾਂ, ਇਸ ਕਰਕੇ ਵੀਜ਼ੇ ਦੀ ਉਹਨੂੰ ਦਿੱਕਤ ਆਊਗੀ, ਵੀਜ਼ੇ ਤੋਂ ਬਗੈਰ ਉਹ ਜਾ ਨਹੀਂ ਸਕਦਾ ਜੀ ਜੀ। ਤੇ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀਜ਼ਾ ਹੀ ਨਹੀਂ ਮਿਲੇਗਾ? ਹੋ ਸਕਦਾ ਜੀ ਜੀ। ਜੇਕਰ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਉਸ ਮੁਤਲਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਲੱਗਦਾ ਉਹਨਾਂ ਦਾ ਫੋਨ ਸਾਡੇ ਨਾਲ ਡਿਸਕਨੈਕਟ ਹੋ ਗਿਆ। ਲੇਕਿਨ ਮੈਂ ਇੱਥੇ ਇੱਕ ਗੱਲ ਜ਼ਰੂਰ, ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੀ ਕਾਲਸ ਇੱਥੇ ਇਸ ਟਾਈਮ ਆ ਰਹੀਆਂ ਹਨ, ਲੇਕਿਨ ਮੈਂ ਇੱਥੇ ਇੱਕ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਔਰ ਮੈਂ ਤੁਹਾਡੇ ਸੁਝਾਵ ਵੀ ਇਸ ਮੁਤਲਕ ਜ਼ਰੂਰ ਜਾਣਨਾ ਚਾਹੁੰਦਾ। ਜਿਵੇਂ ਪ੍ਰਧਾਨ ਮੰਤਰੀ ਮੋਦੀ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਦੇ ਨਾਲ ਰਿਲੇਸ਼ਨ ਸੁਧਾਰਾਂਗਾ, ਜੋ ਕਿ ਉਹਨਾਂ ਨੇ ਜਾ ਕੇ ਉਸ ਮੁਲਕ ਦੇ ਵਿੱਚ ਆਪਣੀ ਪ੍ਰੈਜੈਂਸ ਵੀ ਵਿਖਾਈ, ਬਲਕਿ ਗੁਆਂਢੀ ਮੁਲਕ ਹੀ ਨਹੀਂ ਬਲਕਿ ਹੋਰ ਵੀ ਜਿਹੜੀ ਕੰਟਰੀਜ਼ ਹੈਗੀਆਂ ਉੱਥੇ ਉਹਨਾਂ ਦਾ ਸਫ਼ਰ ਕੀਤਾ। ਅਤੇ ਉਹਨਾਂ ਦਾ ਇਸ ਮੁਤਲਕ ਭਾਵ ਸੀਗਾ ਕਿ ਮੈਂ ਚਾਹੁੰਦਾ ਕਿ ਇੰਡੀਆ ਦੀ ਜਿਹੜੀ ਰਾਇਸ਼ੁਮਾਰੀ ਹੈ, ਇੰਡੀਆ ਦੀ ਜਿਹੜੀ ਗੱਲਾਂ ਹਨ, ਇਸ਼ੂਜ਼ ਹਨ, ਅਸੀਂ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਲੈ ਕੇ ਜਾਈਏ। ਕੀ ਤੁਹਾਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਆਪਣੇ ਗੁਆਂਢੀ ਮੁਲਕਾਂ ਤੋਂ ਕਰੀਏ ਅਗਰ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਅਸੀਂ ਭਾਰਤ ਦੀ ਗੱਲ ਕਰਨੀ ਹੈ? ਕੀ ਤੁਹਾਨੂੰ ਲੱਗਦਾ ਕਿ ਗੁਆਂਢੀ ਮੁਲਕ ਬਾਂਗਲਾਦੇਸ਼, ਗੁਆਂਢੀ ਮੁਲਕ ਪਾਕਿਸਤਾਨ, ਗੁਆਂਢੀ ਮੁਲਕ ਭੂਟਾਨ, ਗੁਆਂਢੀ ਮੁਲਕ ਮਿਆਂਮਾਰ, ਗੁਆਂਢੀ ਮੁਲਕ ਸ਼੍ਰੀਲੰਕਾ, ਅਫਗਾਨਿਸਤਾਨ ਵਰਗੇ ਚਾਈਨਾ ਦੇ ਨਾਲ ਜਿਹੜੇ ਆਪਣੇ ਰਿਸ਼ਤੇ ਦੇ ਪਹਿਲੇ ਸੁਧਾਰਨ ਦੀ ਲੋੜ ਹੈਗੀ ਹੈ ਇੰਡੀਆ ਨੂੰ? ਉਸ ਤੋਂ ਬਾਅਦ ਜੇਕਰ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਗੱਲ ਹੋਏ ਤਾਂ ਉੱਥੇ ਵੀ ਗੱਲ ਹੋ ਸਕਦੀ ਹੈ। ਜੇਕਰ ਹੁਣ ਮੈਂ ਅਸੀਂ ਗੱਲ ਕਰ ਲਈਏ ਅੱਜ ਦੇ ਮੁੱਦੇ ਦੇ ਮੁਤਲਕ ਹੀ, ਕਿ ਹੁਣ ਇੱਕ ਸ਼ੁਰੂਆਤ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ, ਸੁਨੀਲ ਗਵਾਸਕਰ, ਕਪਿਲ ਦੇਵ ਅਤੇ ਆਮਿਰ ਖਾਨ ਨੂੰ ਵੀ ਜਿਹੜਾ ਸੱਦਾ ਹੈਗਾ ਉਹ ਭੇਜਿਆ ਗਿਆ ਹੈਗਾ, ਅਤੇ ਕੀ ਤੁਹਾਨੂੰ ਲੱਗਦਾ ਕਿ ਇੱਕ ਇਹ ਪੋਜ਼ਿਟਿਵ ਸਟੈਪ ਹੋ ਸਕਦਾ ਫੋਰ ਇੰਡੋ ਪਾਕ ਰਿਲੇਸ਼ਨਸ਼ਿਪ? ਮੈਨੂੰ ਜ਼ਰੂਰ ਆਪਣੇ ਸੁਝਾਵ ਦਿਓ ਹੇਠ ਲਿਖੇ ਨੰਬਰ ਦੇ ਉੱਤੇ ਇਸ ਮੁਤਲਕ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਾਕੇਸ਼ ਕੋਬੀ ਬੋਲ ਰਿਹਾ ਜੀ, ਕੋਲਮ ਰੁਕ ਤੋਂ ਜੀ। ਰਾਕੇਸ਼ ਜੀ, ਕੀ ਕਹਿਣਾ ਚਾਹੋਗੇ? ਹਾਂ, ਪਹਿਲੀ ਤਾਂ ਗੱਲ ਮੈਂ ਇਹ ਕਹਾਂ ਕਿ ਸਿੱਧੂ ਸਾਹਿਬ ਨੂੰ ਵੀਜ਼ਾ ਵੀ ਤੇ ਪਰਮਿਸ਼ਨ ਵੀ ਮਿਲਣੀ ਚਾਹੀਦੀ ਆ ਜੀ ਜੀ, ਕਿਉਂਕਿ ਮੋਦੀ ਸਾਹਿਬ ਬਿਨਾਂ ਦੱਸੇ ਜੀ ਉਹਨਾਂ ਦੀ ਨਵਾਜ਼ ਸ਼ਰੀਫ ਦੀ ਬਿਰਿਆਨੀ ਖਾਣ ਚਲ ਗਏ ਸੀ ਜੀ ਜੀ, ਤੇ ਜਿਸਲੇ ਆਪ ਬਣੇ ਸੀ ਤੇ ਨਵਾਜ਼ ਸ਼ਰੀਫ ਨੂੰ ਵੀ ਇਨਵੀਟੇਸ਼ਨ ਦੇ ਦਿੱਤਾ ਸੀ ਜੀ, ਤੇ ਸਿੱਧ ਆਪਣੇ ਮੋਦੀ ਸਾਹਿਬ ਨੂੰ ਏਦਾਂ ਦੀ ਕੋਈ ਪਾਰਸ਼ੀਅਲਟੀ ਨਹੀਂ ਕਰਨੀ ਚਾਹੀਦੀ ਜੀ, ਅਗਰ ਉਹ ਇਹਨਾਂ ਨੂੰ ਕਿਸੇ ਕਿਸਮ ਦੀ ਰੁਕਾਵਟ ਲਾਉਂਦੇ ਆ ਤਾਂ ਮੈਂ ਸਮਝਦਾ ਬਹੁਤ ਮਾੜੀ ਗੱਲ ਗਿਣੀ ਜਾਊਗੀ ਜੀ ਜੀ, ਤੇ ਦੂਸਰੀ ਚੀਜ਼ ਮੈਂ ਦੱਸਾਂ ਕਿ ਜੇ ਮਤਲਬ ਕਿ ਘਰ ਦਾ ਹੈੱਡ ਕੋਈ ਸੁਲਾਹ ਕਰਾਉਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਜੀ, ਤੇ ਕਈ ਵਾਰੀ ਬੱਚੇ ਜਿਹੜੇ ਆ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਕਈ ਵਾਰੀ ਸੁਲਾਹ ਕਰਵਾ ਜਾਂਦੀ ਆ, ਕਿਆ ਬਾਤ ਹੈ, ਤੇ ਇਸ ਕਰਕੇ ਜ਼ਰੂਰੀ ਨਹੀਂ ਕਿ ਮੋਦੀ ਸਾਹਿਬ ਵੀ ਮਤਲਬ ਰਿਲੇਸ਼ਨ ਬਣਾ ਸਕਦੇ ਆ, ਹੋ ਸਕਦਾ ਸਿੱਧੂ ਸਾਹਿਬ ਵੀ ਕੁਛ ਨਾ ਕੁਛ ਉੱਥੋਂ ਗੇਨ ਕਰਕੇ ਆ ਜਾਣ ਜੀ 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 ਜੀ, ਪਹਿਲਾਂ ਹੀ ਨੈਗੇਟਿਵ ਸੋਚ ਲਿਆ ਜਾਵੇ ਤਾਂ ਮੈਂ ਸਮਝਾਂਗਾ ਵੀ ਇੱਕ ਪਾਰਸ਼ੀਅਲਟੀ ਹੋਊਗੀ ਜੀ, ਸਿੱਧੂ ਸਾਹਿਬ ਪਲੇਅਰ ਵੀ ਆ, ਉਹਦੇ ਦੋਸਤ ਵੀ ਆ ਜੀ, ਤੇ ਉਹ ਕੋਈ ਬਿਰਿਆਨੀ ਖਾਣ ਨਹੀਂ ਜਾ ਰਹੇ, ਪਾਰਟੀ ਨੇ ਕਿਹਾ ਉਹਨੂੰ ਇਨਵੀਟੇਸ਼ਨ ਮਿਲਿਆ ਹੈਗਾ ਜੀ ਜੀ, ਜਾਂ ਮੋਦੀ ਸਾਹਿਬ ਇਹ ਸੋਚਦੇ ਹੋਊਗੇ ਕਿ ਮੈਨੂੰ ਨੀ ਇਨਵੀਟੇਸ਼ਨ ਪਾਇਆ ਤੇ ਸਿੱਧੂ ਸਾਹਿਬ ਨੂੰ ਕਿਉਂ ਭੇਜ ਦਿੱਤਾ, ਤੇ ਇਸ ਤਰ੍ਹਾਂ ਵੀ ਮੈਂ ਸਮਝਦਾ ਵੀ ਇਹ ਵੀ ਨੀ ਉਹਨਾਂ ਨੂੰ ਸੋਚ ਚਾਹੀਦੀ ਜੀ,
ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਚਾਹੀਦਾ ਇਹ ਆ ਕਿ ਆਪਣੀ ਹਿੰਦੁਸਤਾਨ ਗਵਰਨਮੈਂਟ ਨੂੰ ਇੱਦਾਂ ਦੀ ਕੋਈ ਰਿਸਟ੍ਰਿਕਸ਼ਨ ਉਹਨਾਂ ਤੇ ਨਹੀਂ ਲਾਉਣੀ ਚਾਹੀਦੀ, ਜੇ ਲਾਓਗੇ ਤਾਂ ਬੜੀ ਮਾੜੀ ਗੱਲ ਕਿਉਂ ਜਾਊ। ਜੀ 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 ਰਿਸਟ੍ਰਿਕਸ਼ਨ ਜਿਹੜੀ ਉਹ ਨਹੀਂ ਲਾਣੀ ਚਾਹੀਦੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਦੇ ਉੱਤੇ, ਨਹੀਂ ਲਾਣੀ ਚਾਹੀਦੀ। ਜੀ 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 ਕਿਉਂਕਿ ਜੇ ਤੇ ਮੋਦੀ ਸਾਹਿਬ ਰਿਲੇਸ਼ਨ ਬਣਾ ਸਕਦੇ ਸਾਰੇ ਗੁਆਂਢੀ ਦੇਸ਼ਾਂ ਦਾ ਜੀ, ਤੇ ਇਹ ਵੀ ਹੋ ਸਕਦਾ ਇਹ ਵੀ ਕੁਛ ਨਾ ਕੁਛ ਗੇਨ ਕਰਕੇ ਆ ਸਕਦੇ ਆ, ਦੋਸਤ ਮਿੱਤਰ ਦੇ ਵਿੱਚ ਕੁਛ ਕਰ ਸਕਦੇ ਆ। ਇਹ ਜ਼ਰੂਰੀ ਤਾਂ ਨਹੀਂ ਵੀ ਕਸ਼ਮੀਰ ਦਾ ਮਸਲਾ ਹੱਲ ਕਰਿਓਗੇ, ਜੀ ਜੀ, ਪਰ ਇਹ ਆ ਵੀ ਹੋ ਸਕਦਾ ਕੁਛ ਨਾ ਕੁਛ ਪੋਜ਼ਿਟਿਵ ਸਟੈਪ ਦੇ ਵੱਲ ਅੱਗੇ ਵੱਧ ਸਕਦੇ ਨੇ। ਤੁਹਾਡਾ ਕਹਿੰਦਾ ਤਰਕ ਹੈ, ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਅਸੀਂ ਗੱਲ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂ ਜੀ ਜਨਾਬ, ਕੀ ਹਾਲ ਹੈ? ਠੀਕ ਹੋ? ਮੈਂ ਅਹਿਮਦ ਬੋਲ ਰਿਹਾ ਸਲਾਹ ਤੋਂ, ਮੈਂ ਕਿਹਾ ਪਹਿਲਾ ਪਾਕਿਸਤਾਨੀ ਬਣ ਜਾ ਸ਼ੋਅ 'ਚ, ਠੀਕ ਹੋ? ਜੀ ਜੀ ਇੱਕਦਮ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਾਲ ਕੀਤਾ ਜੀ। ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਸਾਂ ਵੀ ਜੇ ਨਵਜੋਤ ਸਾਹਿਬ, ਇਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਵਾ, ਇੱਕ ਕਿਸਮ ਨਿਊ ਬਿਗਿਨਿੰਗ ਹੈ ਜੀ ਸਾਡੇ। ਜਿਸ ਤਰ੍ਹਾਂ ਹੁਣ ਦੋ ਕੰਟਰੀਆਂ ਨੇ ਇਸ ਵੀ ਤਲਕਾ ਠੀਕ ਉਸ ਨੇ ਨਵਜੋਤ ਸਾਹਿਬ ਜਸਨ ਤੇ ਆਪਸ ਨਵੀਂ ਨਵੀਂ ਸਟਾਰਟ ਹੈ ਨਾ, ਇੱਕ ਨਿਆ ਪ੍ਰਾਈਮ ਮਿਨਿਸਟਰ ਹੈ, ਮੋਦੀ ਸਾਹਿਬ ਬਿਰਿਆਨੀਆਂ ਖਾ ਸਕਦੇ ਨਵਾਜ਼ ਸ਼ਰੀਫ ਨਾਲ, ਤੇ ਇਹ ਇਹਨੂੰ ਵੀ ਜਾਣਾ ਚਾਹੀਦਾ ਵਾ ਜਾ ਕੇ, ਠੀਕ ਹੈ ਇਹਨਾਂ ਨੂੰ ਕਰਨਾ ਚਾਹੀਦਾ। ਅੱਛਾ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਇਮਰਾਨ ਖਾਨ ਦੇ ਆਉਣ ਦੇ ਨਾਲ ਜਿਹੜੇ ਹਾਲਾਤ ਨੇ ਪਾਕਿਸਤਾਨ ਦੇ ਉਹ ਵੀ ਠੀਕ ਹੋਣਗੇ, ਜਾਂ ਫਿਰ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਪਏਗੀ ਇਮਰਾਨ ਖਾਨ ਨੂੰ? ਨਹੀਂ ਨਹੀਂ ਉਹ ਤੁਸੀਂ ਦੇਖੋ ਨਾ, ਹੁਣ ਕੋਸ਼ਿਸ਼ ਜ਼ਰੂਰ ਕਰਨੀ ਪੈ ਸੀ, ਇਹ ਓਵਰ ਨਾਈਟ ਕੁਝ ਨਹੀਂ ਹੋ ਸਕਦਾ, ਹੁਣ ਓਵਰ ਨਾਈਟ ਕੁਝ ਕੱਖ ਨਹੀਂ ਹੋ ਸਕਦਾ, ਇਹ ਤੋਂ ਬਿਲਕੁਲ ਠੀਕ ਹੋ ਜਾਸਨ ਹਾਲਾਤ। ਲੇਕਿਨ ਕਿਹੜੇ ਕਿਹੜੇ ਮਸਲੇ ਤੁਸੀਂ ਚਾਹੁੰਦੇ ਹੋ ਕਿ ਉਹ ਆ ਕੇ ਸਭ ਤੋਂ ਪਹਿਲਾਂ ਇਹਨਾਂ ਗੱਲਾਂ ਦੇ ਉੱਤੇ ਨਿਪਟਾਰਾ ਕਰਨ ਪਾਕਿਸਤਾਨ ਦੇ ਵਿੱਚ? ਸਭ ਤੋਂ ਪਹਿਲੀ ਚੀਜ਼ ਕਰਪਸ਼ਨ ਜੀ, ਜੀ ਕਰਪਸ਼ਨ ਸਭ ਤੋਂ ਕੀ ਚੀਜ਼ ਹੈ ਜਿਹੜੀ ਡੈਮੋਕ੍ਰੇਸੀ ਨੂੰ ਕੰਟਰੀ ਨੂੰ ਬਰਬਾਦ ਕਰ ਰਹੀ ਹੈ। ਜੀ 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 ਅਗਰ ਸਭ ਕਰਪਸ਼ਨ ਖਤਮ ਹੋ ਜਾਏ ਤਾਂ ਸਭ ਕੁਝ ਠੀਕ ਹੋ ਸਕਦਾ ਵਾ ਜੀ। ਤੁਹਾਡੇ ਮਨ ਦੇ ਵਿੱਚ ਭਾਰਤ ਦੇ ਵਸਨੀਕਾਂ ਨੂੰ ਲੈ ਕੇ ਕੋਈ ਕੋਈ ਅਜਿਹੀ ਗੱਲ, ਕੋਈ ਜੈਲਸ ਫੈਕਟਰ ਜਾਂ ਕੋਈ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਚੱਲਦੀ ਹੈ, ਕਿਉਂਕਿ ਤੁਸੀਂ ਯੂਕੇ ਦੇ ਵਿੱਚ ਵੱਸਦੇ ਹੋ, ਤੇ ਕਿਸ ਤਰੀਕੇ ਦਾ ਰਿਲੇਸ਼ਨਸ਼ਿਪ ਹੈਗਾ ਤੁਹਾਡਾ ਪੰਜਾਬੀ ਭਾਈਚਾਰੇ ਦੇ ਨਾਲ, ਭਾਰਤ ਦੇ ਲੋਕਾਂ ਦੇ ਨਾਲ? ਪੰਜਾਬੀ ਅਸੀਂ ਸਾਰੇ ਇੱਥੇ ਭਰਾ ਬਣੇ ਹੋਏ ਆ, ਕੋਈ ਸਾਨੂੰ ਕੋ ਨਹੀਂ, ਬਿਲਕੁਲ ਸਿੱਖ ਮੁਸਲਿਮ ਪਾਕਿਸਤਾਨੀ ਇੰਡੀਅਨ ਸਭ ਭਰਾ ਇਕੱਠੇ ਬੈਠਦੇ ਆ ਸਭ ਕੁਝ, ਤੇ ਇਹ ਇੱਕ ਸਾਡੇ ਨੈਕਸਟ ਡੋਰ ਕੰਟਰੀਆਂ ਇਹ ਆਪਸ ਵਿੱਚ ਅੱਛੀ ਹੋ ਜਾਣ ਤੇ ਸਾਨੂੰ ਪੂਰੀ ਦੁਨੀਆਂ 'ਚ ਕੋਈ ਬੰਦਾ ਨਹੀਂ ਤੰਗ ਕਰ ਸਕਦਾ, ਇੱਕ ਨੈਕਸਟ ਡੋਰ ਨੇਬਰ ਅਸੀਂ ਕਦੇ ਇਕੱਠੇ ਚੱਲਣ ਆਪੇ ਵੀ ਹਰ ਗੱਲ ਵਿੱਚ ਹੋ ਨਹੀਂ ਸਕਦਾ, ਕਿਉਂਕਿ ਨਹੀਂ ਇਹ ਕੋਈ ਨਹੀਂ ਚਾਹੁੰਦਾ ਇੰਡੀਆ ਪਾਕਿਸਤਾਨ ਇੱਕ ਹੋਵੇ। ਅੱਛਾ ਇੱਕ ਗੱਲ ਮੈਨੂੰ ਹੋਰ ਇੱਥੇ ਤਸਵੀਰ ਸਾਫ ਕਰਿਓ, ਇਹ ਤਸਵੀਰ ਵੀ ਇੱਕ ਬਣੀ ਹੋਈ ਹੈ, ਸਿਆਸੀ ਤਸਵੀਰ ਹੈਗੀ ਹੈ ਪਾਕਿਸਤਾਨ ਦੇ ਵਿੱਚ, ਕਿ ਪਾਕਿਸਤਾਨ ਦੀ ਹਕੂਮਤ ਚਾਹੇ ਬਦਲ ਜਾਣ ਲੇਕਿਨ ਉਹਨਾਂ ਦੀ ਚਾਬੀ ਜਿਹੜੀ ਹੈ ਉਹ ਆਰਮੀ ਦੇ ਕੋਲ ਰਹਿੰਦੀ ਹੈ, ਪਾਕਿਸਤਾਨ ਆਰਮੀ ਦੇ ਕੋਲ ਤੁਹਾਡਾ, ਕਿਉਂਕਿ ਕਾਫੀ ਸਾਰੀ ਮੀਡੀਆ ਰਿਪੋਰਟਸ ਔਰ ਮੀਡੀਆ ਹਾਊਸਿਸ ਦੇ ਵਿੱਚ ਅਸੀਂ ਇਹ ਪੜ੍ਹ ਵੀ ਚੁੱਕੇ ਹਾਂ ਔਰ ਸੁਣ ਵੀ ਚੁੱਕੇ ਹਾਂ ਲੋਕਾਂ ਤੋਂ, ਇਸ ਮੁਤਲਕ ਮੈਂ ਤੁਹਾਡੀ ਪ੍ਰਤੀਕਿਰਿਆ ਜਾਣਨਾ ਚਾਹਾਂਗਾ। ਕੋਈ ਸਹੀ ਆਵਾਜ਼ ਨਹੀਂ ਆਈ। ਮੈਂ ਕਹਿ ਰਿਹਾ ਕਿ ਜੀ ਚਾਹੇ ਹਕੂਮਤ ਬਦਲ ਜਾਣ ਚਾਹੇ ਪ੍ਰਧਾਨ ਮੰਤਰੀ ਬਣ ਜਾਣ ਪਾਕਿਸਤਾਨ ਦੇ, ਲੇਕਿਨ ਜਿਹੜੀ ਚਾਬੀ ਹੈ ਪਾਕਿਸਤਾਨ ਦੀ ਉਹ ਰਹਿੰਦੀ ਹੈ ਪਾਕਿਸਤਾਨ ਆਰਮੀ ਦੇ ਕੋਲ। ਜੀ ਜੀ ਉਹ ਯਾਨੀ ਹਰ ਕੰਟਰੀ ਵਿੱਚ ਵੀ ਐਸੀ ਚੱਲਦਾ, ਲੇਕਿਨ ਪਾਕਿਸਤਾਨ ਥੋੜੀ ਜ਼ਿਆਦਾ ਹੋ ਸੀ, ਲੇਕਿਨ ਫਿਰ ਫਰੀ ਇਲੈਕਸ਼ਨ ਹੋਏ ਨੇ, ਕੋਈ ਇਸ ਵਿੱਚ ਇਹ ਨਹੀਂ ਸੀ ਵੀ ਧਾਂਦਲੀ ਹੋਈ ਹੈ, ਇਲੈਕਸ਼ਨ ਬਿਲਕੁਲ ਸਾਫ਼ ਹੋਏ ਨੇ ਸਾਰਾ ਕੁਝ, ਲੇਕਿਨ ਉਹ ਜਿਹੜੇ ਨਹੀਂ ਚਾਹੁੰਦੇ ਇਮਰਾਨ ਖਾਨ ਨੂੰ, ਉਹਨਾਂ ਦੇ ਕਹਿਣੇ ਨਵੀਂ ਆਰਮੀ ਕਰਾਈ ਗਏ, ਲੇਕਿਨ ਫੇਰ ਹੋਏ ਨੇ ਇਲੈਕਸ਼ਨ ਫੇਰ ਹੋਏ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਅਹਿਮਦ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕੀਤੀ। ਮੈਂ ਉਹ ਚੈਨਲ ਦੇਖ ਰਿਹਾ ਸਾਂ, ਮੈਂ ਕਿਹਾ ਚਲੋ ਸਰਦਾਰ ਜੀ ਬੈਠੇ ਦਾ ਲੋਕ ਰਹੀ ਹੈ। ਹਾਂ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣੀ ਪ੍ਰਤੀਕਰਮ ਸਾਨੂੰ ਦਿੱਤੇ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂ ਜੀ ਮੈਂ ਲੰਡਨ ਤੋਂ ਬੋਲ ਰਿਹਾ, ਵਕਾਰ ਕਿਆਨੀ ਜਨਾਬ ਜੀ। ਵਕਾਰ ਜੀ ਕੀ ਹਾਲ ਹੈ ਤੁਹਾਡਾ, ਠੀਕ ਹੋ? ਜੀ ਅੱਲਾ ਦੀ ਮਿਹਰਬਾਨੀ ਹੈ ਜਨਾਬ, ਮੈਂ ਪਾਕਿਸਤਾਨੀ ਵੀ ਹਾਂ। ਜੀ 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 ਕੀ ਕਹਿਣਾ ਚਾਹੁੰਗੇ? ਤੁਹਾਡਾ ਪ੍ਰੋਗਰਾਮ ਲਾਈਵ ਦੇਖ ਰਿਹਾ। ਜੀ 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 ਮੈਂ ਸਮਝਣਾ ਕਿ ਸਿੱਧੂ ਸਾਹਿਬ ਨੂੰ ਪਾਕਿਸਤਾਨ ਜਾਣਾ ਚਾਹੀਦਾ। ਜੀ 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 ਹੋਰ ਅਗਰ ਕੋਈ ਤਾਲੁਕਾਤ ਬਿਹਤਰ ਹੋ ਜਾਣ ਜੀ ਇਹਦੇ ਚ ਜੀ ਕੋਈ ਬੁਰੀ ਗੱਲ ਨਹੀਂ ਹੈ। ਜੀ ਜੀ ਔਰ ਅਗਰ ਪਾਕਿਸਤਾਨ ਜਾਏਗਾ ਜੀ ਔਰ ਇਹ ਜਿਹੜੀਆਂ ਦੋਵਾਂ ਦੇਸ਼ਾਂ ਦੀਆਂ ਆਰਮੀਆਂ
ਜੀ 60% 70% ਬਜਟ ਖਾ ਰਹੀਆਂ ਨੇ ਜੀ 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 ਇਹ ਥੋੜਾ ਜਿਹਾ ਬਜਟ ਮੇਰਾ ਹਾਲੇ ਘੱਟ ਹੋ ਜਾਏਗਾ ਜੀ ਜੀ ਫਿਰ ਸਾਡੇ ਸਾਨੂੰ ਘਰ ਬੇਤ ਬਚਣ ਦਵਾਂਗੇ ਜੀ ਜੀ ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਆ ਕੇ ਜਾਮਾ ਮਸਜਿਦ ਦੇ ਆ ਕੇ ਉੱਥੇ ਦੁਆਵਾਂ ਲਓ, ਜਾਮਾ ਮਸਜਿਦ ਆਓ ਦਿੱਲੀ ਦੇ ਵਿੱਚ, ਔਰ ਇੱਥੇ ਜਿਹੜੇ ਸਾਡੇ ਭਾਈਚਾਰੇ ਨੇ ਉਹ ਵੀ ਜਾਣਦੇ ਨੇ ਕਿ ਅਸੀਂ ਨਨਕਾਣਾ ਸਾਹਿਬ ਉੱਥੇ ਆਈਏ, ਤਾਂ ਕਿਸ ਤਰੀਕੇ ਦੇ ਮਾਹੌਲ ਔਰ ਕਿਸ ਤਰੀਕੇ ਦੀ ਸੋਚ ਤੁਸੀਂ ਜਾਣਦੇ ਹੋ ਦੋਨੋਂ ਮੁਲਕਾਂ ਦੇ ਵਿੱਚ? ਬਿਲਕੁਲ ਜਨਾਬ, ਇਹ ਹੋਣਾ ਚਾਹੀਦਾ, ਦੋਵਾਂ ਮੁਲਕਾਂ ਨੂੰ ਇੱਕ ਦੂਸਰੇ ਦੀ ਤਰਫ ਜਾਣਾ ਚਾਹੀਦਾ। ਮੈਂ ਖੁਦ ਜਾਣਾ ਚਾਹੁੰਦਾ ਇੰਡੀਆ, ਲੇਕਿਨ ਇੱਕ ਸਕੇਅਰ ਹੈ ਇੱਥੇ ਲੋਕਾਂ ਦੇ ਦਿੱਲੀ ਚ ਦਿਮਾਗ ਵਿੱਚ ਕਿ ਇੰਡੀਆ ਜਾਵਾਂਗੇ ਤੇ ਸਾਡੇ ਨਾਲ ਪਤਾ ਨੀ ਕੀ ਹੋਏਗਾ ਪਾਕਿਸਤਾਨੀਆਂ ਨਾਲ। ਜੀ 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 ਠੀਕ ਹੈ, ਔਰ ਉਸ ਦੀ ਵਜ੍ਹਾ ਨਾਲ ਮੈਂ ਜ਼ਰਾ ਇੰਡੀਆ ਨਹੀਂ ਜਾ। ਤੁਸੀਂ ਅੱਜ ਤੱਕ ਤੁਸੀਂ ਇੰਡੀਆ ਗਏ ਹੋ ਕਦੀ? ਨਹੀਂ, ਮੈਂ ਕਦੇ ਨਹੀਂ ਗਿਆ। ਤੁਸੀਂ ਇਸੇ ਡਰ ਦੇ ਕਾਰਨ ਇੰਡੀਆ ਨਹੀਂ ਜਾ ਪਾਏ? ਇਸੇ ਡਰ ਦੇ ਕਾਰਨ ਨਹੀਂ ਜਾ ਰਿਹਾ ਕਿ ਉੱਥੇ ਜਾਵਾਂਗੇ ਤੇ ਕੁਛ ਵੀ ਹੋ ਸਕਦਾ ਤੁਹਾਡੇ ਨਾਲ, ਕਿ ਤੁਸੀਂ ਉੱਥੇ ਲੈਂਡ ਕਰੋ, ਏਜੰਸੀਆਂ ਤੁਹਾਨੂੰ ਫੜ ਲੈਣਗੀਆਂ, ਜਾਂ ਕੋਈ ਮਸਲਾ ਕੋਈ ਐਸੀ ਪ੍ਰੋਬਲਮ ਹੋ ਸਕਦੀ ਹੈ ਜਿਹੜੀ ਮਤਲਬ ਖਾਮ ਖਾਈ ਕੱਚੀ ਚੱਲਦੀ ਫਿਰਦੀ ਜਿਹੜੀ ਲਾਈਫ ਹੈ ਉਹਨੂੰ ਤਬਾਹ ਕਰਨ ਵਾਲੀ ਗੱਲ ਹੈ। ਤੁਹਾਡਾ ਲੰਡਨ ਦੇ ਵਿੱਚ ਆਪਸੀ ਭਾਈਚਾਰਾ ਕਿਵੇਂ ਹੈ? ਆਪਸੀ ਬਹੁਤ ਅੱਛਾ ਜੀ, ਸਾਡੇ ਮੇਰੇ ਦਫ਼ਤਰ ਦੇ ਵਿੱਚ 3-4 ਇੰਡੀਅਨ ਕੰਮ ਕਰਦੇ ਨੇ ਜੀ, ਸਾਡੇ ਸਾਰੇ ਅਸੀਂ ਜਿਸ ਇਲਾਕੇ 'ਚ ਰਹਿੰਦੇ ਹਾਂ ਇੱਥੇ ਬਹੁਤ ਸਾਰੇ ਇੰਡੀਅਨ ਰਹਿੰਦੇ ਨੇ ਜੀ ਜੀ, ਔਰ ਬਿਹਤਰੀਨ ਤਾਲੁਕ ਹੈ, ਕੋਈ ਕਿਸੇ ਕਿਸਮ ਦਾ ਪ੍ਰੋਬਲਮ ਨਹੀਂ ਹੈ। ਤੇ ਰਾਜਨੀਤਿਕ ਤਸਵੀਰ, ਸਿਆਸੀ ਤਸਵੀਰ ਹੁਣ ਕਿਸ ਤਰੀਕੇ ਨਾਲ ਵੇਖ ਰਹੇ ਹੋ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ? ਇਮਰਾਨ ਖਾਨ ਦੇ ਆਉਣ ਦੇ ਬਾਅਦ ਮੈਂ ਸਮਝਦਾ ਵਾਂ ਕਿ ਮੈਂ ਖੁਦ ਹਾਲਾਂਕਿ ਇਮਰਾਨ ਖਾਨ ਦਾ ਸਪੋਰਟਰ ਨਹੀਂ ਹਾਂ, ਲੇਕਿਨ ਮੈਂ ਸਮਝਦਾ ਵਾਂ ਕਿ ਉਹਨੂੰ ਮੌਕਾ 'ਚ ਮਿਲਿਆ ਜੀ, ਉਹਨੂੰ ਪ੍ਰੂਵ ਕਰਨਾ ਚਾਹੀਦਾ। ਅਗਰ ਦੋ ਪਿੱਛੇ ਜਿਹੜੀਆਂ ਵੱਡੀਆਂ ਪਾਰਟੀਆਂ ਸਨ ਜੀ ਉਹ ਅੱਛਾ ਕੰਮ ਨਹੀਂ ਕਰ ਸਕੀਆਂ, ਔਰ ਇਮਰਾਨ ਖਾਨ ਅੱਛਾ ਕੰਮ ਕਰਕੇ ਤਬਦੀਲੀ ਲੈ ਆਵੇ ਜੀ, ਅਗਲੀ ਦਫ਼ਾ ਅਸੀਂ ਵੋਟ ਇਮਰਾਨ ਖਾਨ ਨੂੰ ਦੇਵਾਂਗੇ। ਅੱਛਾ, ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕਈ ਮੀਡੀਆ ਰਿਪੋਰਟਸ ਔਰ ਕਈ ਮੀਡੀਆ ਹਾਊਸਿਸ ਇਹ ਦੱਸਦੀਆਂ ਹਨ ਕਿ ਪਾਕਿਸਤਾਨ ਟੈਰਰਿਸਟ ਕੰਟਰੀ ਹੈਗੀ ਹੈ, ਇਸ ਮੁਤਲਕ ਮੈਂ ਤੁਹਾਡਾ ਪ੍ਰਤੀਕਰਮ ਜਾਣਨਾ ਚਾਹਾਂਗਾ। ਨਹੀਂ, ਟੈਰਰਿਸਟ ਕੰਟਰੀ ਤੇ ਪਾਕਿਸਤਾਨ ਕਦੇ ਵੀ ਨਹੀਂ ਹੈ ਜੀ, ਪਾਕਿਸਤਾਨ ਨੂੰ ਬਹੁਤ ਵੱਡੇ ਲੈਵਲ ਤੇ ਤੰਗ ਕੀਤਾ ਜਾਂਦਾ ਜੀ, ਔਰ ਉਹਨੂੰ ਪ੍ਰੋਬਲਮ ਦਿੱਤੀ ਜਾਂਦੀ ਹੈ ਜੀ, ਅਗਰ ਇਨ ਸਾਈਡ ਪਾਕਿਸਤਾਨ ਪ੍ਰੋਬਲਮ ਦਿੱਤੀ ਜਾਵੇ ਤੇ ਅੰਦਰ ਪਾਕਿਸਤਾਨ ਦੇ ਅਗਰ ਪਾਕਿਸਤਾਨ ਜਵਾਬ ਦਿੰਦਾ ਕਿਸੇ ਨੂੰ ਤੇ ਉਹਦੇ 'ਚ ਕੋਈ ਗਲਤੀ ਵੀ ਨਹੀਂ ਹੈ ਜੀ, ਪਾਕਿਸਤਾਨ ਕਿਧਰੇ ਵੀ ਬਾਹਰ ਕਿਸੇ ਕਿਸਮ ਦਾ ਟੈਰਰਿਜ਼ਮ ਨਹੀਂ ਕਰ ਰਿਹਾ ਜੀ, ਔਰ ਨਾ ਹੀ ਕਰਨਾ ਚਾਹੀਦਾ ਕਿਸੇ ਨੂੰ, ਕਿਸੇ ਹੋਰ ਕੰਟਰੀ ਨੂੰ ਪਾਕਿਸਤਾਨ ਵਿੱਚ ਵੀ ਨਹੀਂ ਕਰਨਾ ਚਾਹੀਦਾ ਜੀ 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 ਕਿਸੇ ਵੀ ਕੰਟਰੀ ਨੂੰ ਦਹਿਸ਼ਤਗਰਦੀ ਨਹੀਂ ਕਰਨੀ ਚਾਹੀਦੀ। ਬਹੁਤ ਬਹੁਤ ਧੰਨਵਾਦ ਜੀ, ਕਿਸੇ ਵੀ ਨਹੀਂ ਕਰਨੀ ਚਾਹੀਦੀ ਜੀ 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 ਬਹੁਤ ਬਹੁਤ ਧੰਨਵਾਦ। ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪਾਕਿਸਤਾਨੀ ਕਾਲਰਸ ਦਾ, ਸਾਡੇ ਪਾਕਿਸਤਾਨ ਦੇ ਵਸਨੀਕਾਂ ਦਾ ਜੋ ਕਿ ਸਾਨੂੰ ਕਾਲ ਕਰ ਰਹੇ ਨੇ। ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਮੈਨੂੰ ਆ ਰਹੀਆਂ ਹਨ, ਤੁਸੀਂ ਵੀ ਮੈਨੂੰ ਕਾਲ ਕਰ ਸਕਦੇ ਹੋ, ਲੇਕਿਨ ਮੈਂ ਲਵਾਂਗਾ ਤੁਹਾਡੀ ਕਾਲਸ ਇਸ ਬ੍ਰੇਕ ਤੋਂ ਉਸ ਪਾਰ।